ਮਨ ਮੇਰਾ ਘੁਮਾਇਆ ਦਰਸ਼ਨ ਦੇ ਸਦਾ ਸੋਹਣਾ
ਬੋਲੋ ਤੂੰ ਵਾਹਿਗੁਰੂ ਜਿਤਾਵੇ ਜਿਤਿਆ ਤਾਂ ਤਾਂ ਚਲਿਆ ਦੇਖਦੇ ਫਤਿਹ ਬਿਰਜ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੀ ਸਲਾਮ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਕਤਾਲ ਜੀ ਸਾਰੀਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਛੋੜਿਆ ਗਿਆ ਖੁੱਲੇ ਖੇਲ ਵਾਲਿਆਂ ਦੇ ਮਾਰਨ ਸਤਿਗੁਰੂ ਲਤਾੜੀਆਂ ਦੇ ਤਾਂ ਨਿਉਟਿਆਂ ਦੀ ਅਮਰ ਕੀਰਤ ਸਮਾਗਮ ਦਾ ਫਲਾ ਦੇਸ ਹੈ ਮਾਤਾ ਬਲਬੀਰ ਕੌਰ ਜੀ ਆਲੀਵਾਲ ਪਾਤਸ਼ਾਹ ਜੀ ਰਤਨਾ ਜੀ ਜੀਵਾਤਮਾ ਨੂੰ 84 ਲੱਖ ਜੁਨਾਂ ਤੋਂ ਬਚਾ ਕੇ ਸਦੀਵ ਸਦੀਵ ਕਰ ਲਈ ਆਪਣੇ ਚਰਨਾਂ ਵਿੱਚ ਨਿਵਾਸ ਦਸਤਾਨ ਬਸ਼ਰਾ ਪਿੱਛੇ ਪਰਿਵਾਰ ਨੂੰ ਰਿਸ਼ਤੇਦਾਰਾਂ ਸਾਕਾਂ ਸੰਬੰਧੀਆਂ ਨੂੰ ਭਾਣਾ ਮਰਨ ਦਾ ਵਲ ਪੁੱਛਣਾ ਕਿ ਵਾਸਤੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਸਣੀ ਪਰਿਵਾਰ ਨੂੰ ਦੇਹਰੋਗਤਾ ਤੰਦਰੁਸਤੀ ਦੀਆਂ ਦਾਤਾਂ ਸੇਵਾ ਸਿਮਰਨ ਦੀਆਂ ਦਾਤਾਂ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨਾ ਜੀ ਆਪ ਜੀ ਦੀ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡੀ ਮਹਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾ ਕਉ ਧੋਖਾ ਕਹਾਂ ਬਿਆਪੈ ਜਾ ਕਉ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸਾਜੀ ਨਵਾਜੀ ਸਾਹਿਬ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਜਨੀਕ ਮਾਤਾ ਮਾਤਾ ਬਲਵੀਰ ਕੌਰ ਜੀ ਧਰਮ ਪਤਨੀ ਸਵਰਗ ਵਾਸੀ ਸਾਹਿਬ ਰਾਜ ਸਿੰਘ ਜੀ ਗਿੱਲ ਦੀ ਅੰਤਮ ਅਰਦਾਸ ਦੇ ਵਿੱਚ ਇਕੱਤਰ ਹੋਇਆ ਰਾਗੀ ਸਿੰਘਾਂ ਨੇ ਮਾਤਾ ਬਲਵੀਰ ਕੌਰ ਜੀ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਲਈ ਉਹਨਾਂ ਦੀ ਆਤਮਿਕ ਕਲਿਆਣਤਾ ਲਈ ਕੀਤੀ ਗਈ ਅਰਦਾਸ ਵਿੱਚ ਸ਼ਮੂਲਿਤ ਕਰਨ ਲਈ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਜੁੜੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਪਤੇ ਦੀ ਸਾਂਝ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਖ ਫਰੀਦ ਜੀ ਦਾ ਪ੍ਰਮਾਣ ਹੈ ਸ਼ੇਖ ਹਯਾਤੀ ਜਾਗਣਾ ਕੋਈ ਇੱਥੇ ਰਿਹਾ ਜੇ ਸਾਸਨ ਹਮ ਬੈਠੇ ਕਿਤੇ ਬੈਸ ਗਿਆ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹਾਇਤ
ਦੁੱਖ ਦੀ ਘੜੀ ਹੈ, ਨਿਹਾਇਤ ਗਮ ਦਾ ਮੁਕਾਮ ਹੈ। ਸਾਡੇ ਬੜੇ ਹੀ ਇੱਜ਼ਤ ਮਾਤ ਮਾਤਾ ਬਲਬੀਰ ਕੌਰ ਜੀ ਕੁਛ ਦਿਨ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਏ। ਕਿਸੇ ਉਰਦੂ ਦੇ ਕਵੀ ਨੇ ਲਿਖਿਆ ਹੈ ਕਿ ਲਾਈ ਹਯਾਤ ਆਏ ਕਦਾ ਲੈ ਚਲੀ ਚਲੇ, ਆਪਣੀ ਖੁਸ਼ੀ ਨਾ ਆਏ ਨਾ ਆਪਣੀ ਖੁਸ਼ੀ ਚਲੇ। ਜ਼ਿੰਦਗੀ ਲੈ ਆਈ ਚਲੇ ਆਏ, ਮੌਤ ਲੈ ਚੱਲੀ ਹੈ ਤੁਰ ਚੱਲੇ, ਆਪਣੀ ਖੁਸ਼ੀ। ਖੇਮੇ 'ਚੋਂ ਆਵਾਜ਼ ਆਉਂਦੀ ਹੈ ਕਿ ਕੋਈ ਹੈ, ਕੋਈ ਹੈ, ਦੋ ਹਫ਼ਤੇ ਦੀ ਜ਼ਿੰਦਗੀ ਮੈਨੂੰ ਉਧਾਰੀ ਦੇ ਦੇ। Thank you.
ਸਾਡੇ ਬਹੁਤ ਹੀ ਸਤਿਕਾਰ ਯੋਗ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਆਲੀਵਾਲ ਸਾਹਿਬ ਦਾ ਮੈਂਬਰ ਪਾਰਲੀਮੈਂਟ ਹੈ। ਸੋ ਉਹਨਾਂ ਦੇ ਸਤਿਕਾਰ ਯੋਗ ਮਾਤਾ ਜੀ ਮਾਤਾ ਬਲਵੀਰ ਕੌਰ ਜੀ ਗਿੱਲ, ਧਰਮ ਪਤਨੀ ਸਰਦਾਰ ਨਾਥ ਸਿੰਘ ਜੀ ਗਿੱਲ, ਮਾਤਾ ਬਲਵੀਰ ਕੌਰ ਜੀ ਪਿਛਲੇ ਦਿਨੀ ਇਸ ਲੋਕ ਤੋਂ ਪਰਲੋਕ ਗਮਨ ਕਰ ਗਏ ਸਨ। ਅੱਜ ਅਸੀਂ ਉਹਨਾਂ ਦੀ ਅੰਤਮ ਅਰਦਾਸ ਸਾਹਮਣੇ ਹੋਣ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਮੰਦਰ ਜੁੜ ਬੈਠੇ ਇਕੱਤਰ। ਸੋ ਗੁਰੂ ਪਿਆਰ ਵਾਲਿਓ, ਮਾਤਾ ਬਲਵੀਰ ਕੌਰ ਜੀ ਗੁਰਸਿੱਖੀ ਜੀਵਨ ਵਾਲੇ ਸਨ, ਸਿੱਖੀ ਦੇ ਸਿਧਾਂਤਾਂ 'ਤੇ ਪਹਿਰਾ ਦੇਣ ਵਾਲੇ ਸਨ, ਗੁਰੂ ਘਰ ਦੀ ਬੜੀ ਸੇਵਾ ਕਰਦੇ ਸਨ। ਸਰਦਾਰ ਅਮਰੀਕ ਸਿੰਘ ਜੀ ਆਲੀਵਾਲ ਉਸ ਵਿਦਿਆਲੇ ਜਿਹੜੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ। ਸੋ ਗੁਰੂ ਪਿਆਰ ਵਾਲਿਓ, ਇਸ ਪਰਿਵਾਰ ਨੂੰ ਇੱਕ ਮਾਂ ਦਾ ਘਾਟਾ ਪਿਆ। ਭਾਵੇਂ ਇੱਕ ਮਾਤਾ ਜੀ ਲਗਭਗ 83-84 ਸਾਲ ਦੀ ਉਮਰ ਹੋ ਕੇ ਗਏ ਨੇ, ਕਹਿੰਦੇ ਕਿ ਪਰਿਵਾਰ ਦੀਆਂ ਸਾਰੀਆਂ ਹੀ ਜ਼ਿੰਮੇਵਾਰੀਆਂ ਨਿਭਾ ਕੇ ਗਏ ਨੇ। ਬਹੁਤ ਸਖਤ ਸਰਦਾਰ ਅਮਰੀਕ ਸਿੰਘ ਜੀ ਗਾਂ ਪੋਤੇ ਹੋਏ ਪੋਤੀਆਂ ਹੋਏ ਗਾਂ ਪਰ ਪੋਤੇ ਪੋਤੀਆਂ ਹੋਏ। ਸੋ ਗੁਰੂ ਪਿਆਰ ਵਾਲਿਓ, ਇੱਕ ਭਰੇ ਪਰਿਵਾਰ ਦੇ ਵਿੱਚੋਂ ਵਿਛੜ ਕੇ ਗਏ ਨੇ, ਬੜੀ ਸੋਹਣੀ ਜ਼ਿੰਦਗੀ ਬੜਾ ਸੋਹਣਾ ਜੀਵਨ ਬਤੀਤ ਕਰਕੇ ਗਏ ਨੇ, ਗੁਰਸਿੱਖੀ ਜੀਵਨ ਵਾਲਾ ਬਤੀਤ ਕਰਕੇ ਗਏ ਨੇ। ਸੋ ਅੱਜ ਅਸੀਂ ਉਹਨਾਂ ਦੀ ਅੰਤਮ ਰਾਤ ਦਾ ਸਾਹਮਣਾ ਹੋਣ ਲਈ ਇਕੱਤਰ ਹੋਏ ਹਾਂ। ਪਰਿਵਾਰ ਇੱਕ ਜੋ ਮਾਂ ਦਾ ਘਾਟਾ ਪਿਆ ਹੈ, ਇਹ ਮਾਂ ਦਾ ਘਾਟਾ ਜੋ ਪਿਆ ਹੈ ਇਹ ਕਦੇ ਪੂਰਾ ਨਹੀਂ ਹੋ ਸਕਦਾ। ਮਾਂ ਕਹਿਣ ਨੂੰ ਭਾਵੇਂ ਇੱਕ ਛੋਟਾ ਜਿਹਾ ਲੱਗਾ ਜਾ ਸ਼ਬਦ ਹੈ ਮਾਂ, ਪਰ ਜਦੋਂ ਸਾਹਿਬ
ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਸ਼ਰਾ ਪਿੱਛੇ ਪਰਿਵਾਰ ਨੂੰ ਰਿਸ਼ਤੇਦਾਰਾਂ ਸਾਕਾਂ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਵੱਲ ਪੁੱਛਣਾ ਕਿ ਵਾਸਤੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਵਰਸਣੀ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀ ਦੀਆਂ ਦਾਤਾਂ ਸੇਵਾ ਸਿਮਰਨ ਦੀਆਂ ਦਾਤਾਂ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨਾ ਜੀ ਆਪ ਜੀ ਦੀ ਪਾਵਨਾ ਜੁੜੀ ਅੰਦਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੋਈ ਦਰ ਪਰਿਵਾਰ ਦੇ ਪਰਿਵਾਰ ਵੀ ਦੇਖ ਸਾਧ ਸੰਗਤ ਉਜਵਲਦੇ ਜੋ ਸਕੇ ਆਪ ਦੀਆਂ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜਪੇ ਸੇਵਕ ਪਰਿਵਾਰ ਵੱਲੋਂ ਆਪ ਦੀਆਂ ਸੁੰਦਰ ਪੁਸ਼ਾਕੇ ਰੁਮਾਲਾ ਸਾਹਿਬ ਭੇਟ ਕੀਤੇ ਆਪ ਦੀਆਂ ਦੇ ਅੰਗਾਂ ਦੇ ਨਾਲ ਸੋਹਣੀ ਘੋੜੇ ਹਨ ਅੰਗੀਕਾਰ ਕਰਨੇ ਜੀ ਸੇਵਕਾਂ ਦੇ ਲੋਕ ਪਰਲੋਕ ਪੜਦੇ ਗਜਣੇ ਇੱਜ਼ਤ ਪਾਤੇ ਸਹਾਈ ਹੋਣਾ ਕਿਤ ਕਮਾਈ ਨਾਲ ਸਫਲਾ ਕਰਨੀ ਆ ਆਉਣ ਵਾਲਾ ਸਮਾਂ ਪਰਿਵਾਰ ਦਾ ਸੁੱਖਾ ਭਰਿਆ ਬਤੀਤ ਕਰਾਉਣਾ ਕਰੋ ਕਿਰਪਾ ਜੀ ਪਵਿੱਤਰ ਪਾਵਨ ਹੁਕਮਨਾਮਾ ਵਿਸ਼ੇਸ਼ ਕਰਕੇ ਨਜ਼ਰੋ ਬਿਨਾਰ ਕਰੋ ਸਹੀ ਗੁਰਮੁਖ ਪਿਆਰੇ ਮਿਲਣੇ ਜਿਨ੍ਹਾਂ ਮਰਿਆ ਤਾਂ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਆ ਭਈ ਅਕਾਲ ਕੀ ਸਭ ਸਿੱਖਣ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਆ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਈ ਕਾ ਖਾਲਸਾ ਪੁਆਰ ਹੋਏ ਸਭ ਮਿਲੇਂਗੇ ਬੋਲੇ ਸੋ ਨਿਹਾਲ ਸਤਿਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡੀ ਮਹਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾ ਕਉ ਧੋਖਾ ਕਹਾਂ ਬਿਆਪੈ ਜਾ ਕਉ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾ ਕਉ ਧੋਖਾ ਕਹਾਂ ਬਿਆਪੈ ਜਾ ਕਉ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜ ਗਮਾਵੈ ਅੰਤ ਚਲੇ ਗੋਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸਾਜੀ ਨਵਾਜੀ ਸਾਹਿਬ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਜਨੀਕ ਮਾਤਾ ਬਲਵੀਰ ਕੌਰ ਜੀ ਧਰਮ ਪਤਨੀ, ਸਵਰਗਵਾਸੀ ਸਰਦਾਰ ਸਿੰਘ ਜੀ ਗਿੱਲ ਦੀ ਅੰਤਮ ਅਰਦਾਸ ਦੇ ਵਿੱਚ ਇਕੱਤਰ ਹੋਇਆ। ਰਾਗੀ ਸਿੰਘਾਂ ਨੇ ਗੁਰੂ ਦੀ ਗੁਰਬਾਣੀ ਦਾ ਕੀਰਤਨ ਕਰਦਿਆਂ ਬੈਰਾਗਮਈ ਕੀਰਤਨ ਦੁਆਰਾ ਜ਼ਿੰਦਗੀ ਅਤੇ ਮੌਤ ਦੇ ਫਲਸਫੇ ਦਾ ਵਰਣਨ ਕੀਤਾ। ਵੱਖ ਵੱਖ ਸਿਆਣੇ ਪੁਰਸ਼ਾਂ ਨੇ ਮੌਤ ਦੇ ਮੁਤਲਕ ਆਪੋ ਆਪਣੀ ਰਾਏ ਦਿੱਤੀ ਆ। ਜਿੱਥੇ ਸ਼ੇਕਸਪੀਅਰ ਲਿਖਦਾ ਕਿ ਮੌਤ ਇੱਕੋ ਵਿਖੜਾ ਪੈਂਡਾ, ਉਸ 'ਤੇ ਚੱਲ ਕੇ ਕਦੇ ਕੋਈ ਵਾਪਸ ਨਹੀਂ ਆਇਆ। ਲੇਕਿਨ ਸਿੱਖ ਪੰਥ ਦੇ ਵਿੱਚ ਭਾਈ ਗੁਰਦਾਸ ਜੀ ਪਾਤੀ ਨਾਲ ਸਨਮਾਨਿਤ ਭਾਈ ਸਾਹਿਬ ਭਾਈ ਵੀਰ ਸਾਹਿਬ ਵੀਰ ਸਿੰਘ ਜੀ ਲਿਖਦੇ ਨੇ ਕਿ ਮੌਤ ਇੱਕ ਉਹ ਦਰਵਾਜ਼ਾ ਜਿਸ ਨੂੰ ਪਾਰ ਕਰਕੇ ਇਨਸਾਨ ਪਰਮ ਆਨੰਦ ਵਿੱਚ ਚਲਿਆ ਜਾਂਦਾ, ਬਸ਼ਰਤੇ ਉਸ ਇਨਸਾਨ ਨੇ ਜ਼ਿੰਦਗੀ ਇਨਸਾਨੀਅਤ ਦੀ ਤਰਜ਼ 'ਤੇ ਰੱਬ ਦੇ ਪੈਰ ਦੇ ਪੌ ਵਿੱਚ ਦਸਾਂ ਨਹਾਂ ਦੀ ਕਿਰਤ ਦੇ ਵਿੱਚ ਗੁਜ਼ਾਰੀ ਹੋਵੇ। ਪਿਛਲੇ ਦਿਨਾਂ ਦੇ ਵਿੱਚ ਆਲੀਵਾਲ ਸਾਹਿਬ ਕੋਲ ਜਾਣ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਦੱਸਿਆ ਕਿ ਅੱਜ ਤੋਂ ਤਕਰੀਬਨ 2.5 ਦਹਾਕੇ ਪਹਿਲਾਂ ਮਾਤਾ ਜੀ ਨੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਸੋ ਪ੍ਰਾਪਤ ਆਲਮਗੀਰ ਸਾਹਿਬ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਦੁਨਿਆਵੀ ਕੰਮਾਂ ਤੋਂ ਅਲਹਿਦਾ ਹੁੰਦਿਆਂ ਕੇਵਲ ਅਤੇ ਕੇਵਲ ਰੱਬ ਦੀ ਬੰਦਗੀ ਦੇ ਵਿੱਚ ਹੀ ਉਹਨਾਂ ਨੇ ਸਾਰਾ ਜੀਵਨ ਲਾਇਆ। ਆਪਣੀ ਔਲਾਦ ਨੂੰ ਡਾਕਟਰ, ਇੰਜੀਨੀਅਰ, ਬੈਰਿਸਟਰ, ਇੱਥੋਂ ਤੱਕ ਕਿ ਕਾਮਯਾਬ ਪੋਲੀਟੀਸ਼ੀਅਨ ਵੀ ਬਣਾ ਸਕਦੀ ਹੈ। ਕੱਲੀ ਸਰਦਾਰ ਸਿੰਘ ਜੀ ਬਹੁਤ ਲੰਬਾ ਸਮਾਂ ਪਹਿਲਾਂ ਚਲੇ ਗਏ ਸੀ, ਸਮੁੱਚੀਆਂ ਪੰਜਾਬ ਬੇਟੀਆਂ ਦੇ ਜਦੋਂ ਸਾਡੇ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਸਰਦਾਰ ਅਮਰੀਕ ਸਿੰਘ ਜੀ ਆਲੀਵਾਲ ਸਾਹਿਬ ਨੂੰ ਧੀਆਂ ਪੁੱਤਰਾਂ ਨੂੰ ਵਧੀਆ ਯੋਗਤਾ, ਅਸੀਂ ਮਾਤਾ ਬਲਵੀਰ ਕੌਰ ਜੀ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਲਈ ਉਹਨਾਂ ਦੀ ਆਤਮਿਕ ਕਲਿਆਣਤਾ ਲਈ ਕੀਤੀ ਗਈ ਅਰਦਾਸ ਵਿੱਚ ਸ਼ਮੂਲਿਤ ਕਰਨ ਲਈ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਜੁੜੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਪਤੇ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੇਖ ਫਰੀਦ ਜੀ ਦਾ ਪ੍ਰਮਾਣ ਹੈ, ਸ਼ੇਖ ਹਯਾਤੀ ਜਗ ਨਾ ਕੋਈ ਇੱਥੇ ਰਿਹਾ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਸਤਿਗੁਰੂ ਗੁਰਬਾਣੀ ਜੀ ਗੁਰੂ ਸਾਹਿਬ ਦਾ ਪ੍ਰਮਾਣ ਹੈ ਜੋ ਉਹਦੇ ਨਾਲ ਹੈ,
ਸੋ ਦਿਨ ਜਾਹੀ ਤਰਨਾ ਕੁਝ ਰਹਿਣ ਥਿਰ ਨਾਹੀ ਸੰਗ ਚਲਦ ਹੈ ਹਮ ਵੀ ਚਲਣਾ ਦੂਰ ਗਵਨ ਸਿਰੇ ਉੱਪਰ ਮਰਨਾ ਕਿਆ ਤੂੰ ਸੋਇਆ ਜਾਗ ਆਨਾ ਤੈ ਜੀਵਨ ਜਗ ਸੱਚ ਕਰ ਜਾਣਾ ਪਸਤ ਵਿੱਚ ਸੰਸਾਰ ਵਿੱਚ ਵਿਚਰਿਆ ਹੋਇਆ ਇਨਸਾਨ ਇਸ ਜੀਵਨ ਨੂੰ ਇਸ ਜ਼ਿੰਦਗੀ ਨੂੰ ਸੱਚ ਕਰਕੇ ਮੰਨਦਾ ਪਰ ਉਹਨੂੰ ਭੁੱਲ ਜਾਂਦਾ ਕਿ ਮੈਂ ਇਸ ਸੰਸਾਰ ਤੋਂ ਚਲੇ ਜਾਣਾ ਵੀ ਹੈ ਕੁਛ ਵੀ ਕਰ ਜਾਣਾ ਔਰ ਲੇਕਿਨ ਸਤਿਗੁਰ ਦਾ ਫਰਮਾਨ ਹੈ ਕਿ ਮਨ ਲਿਖਾਏ ਮੰਡਲ ਮੈਂ ਆਏ ਮੰਡਲ ਵਿੱਚ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਜਿਹੜੀ ਮੌਤ ਹੈ ਜਾਂ ਮੌਤ ਦਾ ਦਿਨ ਹੈ ਸਮਾਂ ਜਗ੍ਹਾ ਉਹ ਨਿਸ਼ਚਿਤ ਕੀਤੀ ਜਾਂਦੀ ਹੈ ਸਤਿਗੁਰ ਜੀ ਜਿਹੜੇ ਸਿਰਖਾ ਦਿੰਦੇ ਨੇ ਸੰਗਤ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹਾਇਤ ਦੁੱਖ ਦੀ ਕੜੀ ਹੈ ਨਿਹਾਇਤ ਗਮ ਦਾ ਮੁਕਾਮ ਹੈ ਸਾਡੇ ਬੜੇ ਹੀ ਇੱਜ਼ਤ ਮਾਤ ਮਾਤਾ ਬਲਬੀਰ ਕੌਰ ਜੀ ਕੁਛ ਦਿਨ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਕਿਸੇ ਉਰਦੂ ਦੇ ਕਵੀ ਨੇ ਲਿਖਿਆ ਕਿ ਲਾਈ ਹਯਾਤ ਆਏ ਕਦਾ ਲੈ ਚਲੀ ਚਲੇ ਆਪਣੀ ਖੁਸ਼ੀ ਨਾ ਆਏ ਨਾ ਆਪਣੀ ਖੁਸ਼ੀ ਚਲੇ ਜ਼ਿੰਦਗੀ ਲੈ ਆਈ ਚਲੇ ਆਏ ਮੌਤ ਲੈ ਚੱਲੀ ਹੈ ਤੁਰ ਚੱਲੇ ਆਪਣੀ ਖੁਸ਼ੀ ਨਾ ਤਾਂ ਕੋਈ ਇਨਸਾਨ ਆਉਂਦਾ ਨਾ ਆਪਣੀ ਖੁਸ਼ੀ ਕੋਈ ਇਨਸਾਨ ਇਸ ਜੱਗ ਤੋਂ ਜਾਂਦੇ ਹੈ ਅਤੇ ਅੱਗੇ ਲਿਖਦਾ ਕਿ ਹੋ ਉਮਰੇ ਖਿਜ਼ਰ ਵੀ ਤੋ ਕਿਸੇ ਇਨਸਾਨ ਦੀ ਬਹੁਤ ਲੰਬੀ ਆਯੂ ਹੋ ਜੇ ਹੋ ਉਮਰੇ ਖਿਜ਼ਰ ਵੀ ਤੋ ਹੋ ਮਾਲੂਮ ਵਕਤ ਮਰਗ ਹਮ ਕਿਆ ਰਹੇ ਯਹਾਂ ਅਭੀ ਆਏ ਅਭੀ ਚਲੇ ਇਹ ਕੁਦਰਤ ਦਾ ਨਿਜ਼ਾਮ ਹੈ ਇਹ ਪਰਮਾਤਮਾ ਦਾ ਅਸੂਲ ਹੈ ਕਿ ਜੋ ਵੀ ਇਨਸਾਨ ਇਸ ਦੁਨੀਆਂ 'ਤੇ ਆਉਂਦੇ ਹੈ ਪਰਮਾਤਮਾ ਦੀ ਬਖਸ਼ੀ ਹੋਈ ਆਯੂ ਭੋਗ ਕੇ ਚਲੇ ਜਾਣਾ ਮੈਂ ਕਿਤਾਬਾਂ 'ਚ ਪੜ੍ਹਿਆ ਸੀ ਕਿ ਇੱਕ ਦੁਨੀਆਂ 'ਤੇ ਬਹੁਤ ਵੱਡਾ ਬਾਦਸ਼ਾਹ ਹੋਇਆ ਜਿਹਦਾ ਨਾਂ ਸੀ ਸਿਕੰਦਰ ਆਜ਼ਮ ਜਿਹਨੇ 28 ਸਾਲ ਦੀ ਉਮਰ 'ਚ ਸਾਰੀ ਦੁਨੀਆਂ ਫਤਿਹ ਕਰ ਲਈ ਸੀ ਸਾਰੀ ਦੁਨੀਆਂ ਉਹਦੇ ਕਬਜ਼ੇ 'ਚ ਸੀਗੀ ਅਤੇ ਜਦੋਂ ਸਿਕੰਦਰ ਆਜ਼ਮ ਪੰਜਾਬ ਤੋਂ ਹਿੰਦੁਸਤਾਨ ਤੋਂ ਪਰਤ ਕੇ ਆਪਣੇ ਮੁਲਕ ਵੱਲ ਚੱਲਿਆ ਸਾਰੀ ਦੁਨੀਆਂ ਜਿੱਤ ਕੇ ਅਤੇ ਉਹਦੇ ਮੁਲਕ ਦਾ ਨਾਂ ਸੀ ਮੈਸੀਡੋਨੀਆ ਜਿਹਨੂੰ ਕਿ ਅਸੀਂ ਆਪਣੀ ਦੇਸੀ ਜ਼ੁਬਾਨ 'ਚ ਮਕਦੂਮੀਆ ਕਹਿੰਦੇ ਹਾਂ ਅਤੇ ਜਦੋਂ ਰਸਤੇ ਦੇ ਵਿੱਚ ਦੋ ਹਫ਼ਤੇ ਦਾ ਸਫ਼ਰ ਬਕਾਇਆ ਰਹਿ ਗਿਆ ਮਕਦੂਮੀਆ ਪਹੁੰਚਣ 'ਤੇ ਅਤੇ ਇੱਕ ਇਰਾਕ ਦਾ ਬੜਾ ਸੋਹਣਾ ਸ਼ਹਿਰ ਆਉਂਦਾ ਜਿਹਨੂੰ ਅੰਗਰੇਜ਼ੀ 'ਚ ਤਾਂ ਬੈਬੀਲੋਨ ਕਹਿ ਦਿੰਦੇ ਹੈ ਪਰ ਉਹਨੂੰ ਦੇਸੀ ਜ਼ੁਬਾਨ 'ਚ ਬਾਬੁਲ ਕਹਿ ਦਿੰਦੇ ਅਤੇ ਉੱਥੇ ਜਾ ਕੇ ਸਿਕੰਦਰ ਆਜ਼ਮ ਨੂੰ ਇਨਫੈਕਸ਼ਨ ਹੋ ਗਈ ਤੀਰ ਵੱਜਿਆ ਸੀ ਪੰਜਾਬ 'ਚ ਅਤੇ ਜਦੋਂ ਉੱਥੇ ਬਿਮਾਰ ਪਿਆ ਹੈ ਬਾਬੁਲ ਸ਼ਹਿਰ ਦੇ ਵਿੱਚ ਆਪਣੇ ਖੇਮੇ 'ਚ ਅਤੇ ਖੇਮੇ 'ਚੋਂ ਆਵਾਜ਼ ਆਉਂਦੀ ਹੈ ਕਿ ਕੋਈ ਹੈ ਕੋਈ ਹੈ ਦੋ ਹਫ਼ਤੇ ਦੀ ਜ਼ਿੰਦਗੀ ਮੈਨੂੰ ਉਡਾਰੀ ਦੇ ਦੇ